ਐਕਚੁਅਲੀ ਸੋਮਵਾਰ ਨੂੰ ਨਾ ਚੰਡੀਗੜ੍ਹ 'ਚ ਹਮੇਸ਼ਾ ਨਵਾਂ ਨੰਬਰ ਇਸ਼ੂ ਹੁੰਦਾ ਹੈ ਤੇ ਮੈਂ ਉਸ ਤੋਂ ਪਹਿਲਾਂ ਹੀ 2 ਹਫ਼ਤੇ ਪਹਿਲਾਂ ਹੀ ਮੈਂ ਪੈਸੇ ਦਿੱਤੇ ਸੀਗੇ ਐਡਮਿਨਿਸਟਰਰ ਨੂੰ ਤੇ ਮੈਂ ਉਹਨੂੰ ਕਿਹਾ ਸੀ ਮੈਨੂੰ ਨੰਬਰ 911 ਹੀ ਚਾਹੀਦਾ ਹਰ ਹਾਲਤ 'ਚ ਤੇ 295 ਵੀ ਦੇਖਿਆ ਸੀਗਾ ਪਰ 295 ਮਿਲਿਆ ਨਹੀਂ 911 ਫਿਰ ਨਾਡ 11 ਫਿਰ ਮੈਨੂੰ ਲੱਗਾ ਕਿ ਜ਼ਿਆਦਾ ਟੁਕਮਾ ਹੈ ਤੇ ਨਾਲੇ ਲੋਕਾਂ ਨੂੰ ਦੱਸਣਾ ਸੌਖਾ ਹੋਊਗਾ ਕਿ 911 ਕਿਉਂ ਆ ਇਹਨਾਂ ਆਧੇ ਲੋਕਾਂ ਨੂੰ ਦੱਸਣੀ ਲੋੜ ਹੀ ਨਹੀਂ ਹੈਗੀ ਸਸੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਬਾਈਆ ਮੇਰੇ ਨਾਲ ਰਵਨੀਤ ਸਿੰਘ ਨੌਂ ਵੀਰ ਦਾ ਚੰਡੀਗੜ੍ਹ ਤੋਂ ਆਇਆ ਬ ਜਿਵੇਂ ਤੁਸੀਂ ਦੇਖ ਰਹੇ ਹੋ ਬਰੀਜਾ ਗੱਡੀ ਬਾਈ ਨੇ ਲੈਤੀ ਆ ਪਹਿਲੀ ਵਾਰ ਤਾਂ ਮੁਬਾਰਕਾਂ ਵੀਰ ਨੂੰ ਤੇ ਦੂਜਾ ਨੰਬਰ ਨੰਬਰ ਦੇਖੋ ਗੱਡੀ ਦਾ ਤੁਸੀਂ ਚੰਡੀਗੜ੍ਹ ਨੰਬਰ ਆ ਚੰਡੀਗੜ੍ਹ ਦੇ ਵਿੱਚੋਂ ਬਾਈ ਨੇ ਛਾਂਟ ਕੇ ਪੇਡ ਨੰਬਰ ਲੈਤਾ 5911 ਜਾਨੀ ਕਿ ਆਪਣੇ ਸਿੱਧੂ ਬਾਈ ਵਾਲਾ ਤੇ ਨੰਬਰ ਦੀ ਇਹਦੀ ਡਿਮਾਂਡ ਬਹੁਤ ਆਜਕਲ ਮਿਲਦਾ ਨਹੀਂ ਛੇਤੀ ਛੇਤੀ ਨੰਬਰ ਪਰ ਫਿਰ ਵੀ ਬਾਈ ਨੇ ਕੋਸ਼ਿਸ਼ ਕਰਕੇ ਲੈ ਲਿਆ ਮਿਲ ਗਿਆ ਬਾਈ ਦੀ ਕਿਸਮਤ ਕਹਿ ਲੋ ਲੱਕ ਕਹਿ ਲੋ ਬਾਈ ਦਾ ਹੈਨਾ ਕੀ ਹਾਲ ਨੇ ਵੀਰੇ ਬੱਧੀ ਬਾਈ ਤੁਸੀਂ ਨਾਲ ਠੀਕ ਠਾਕ ਹਸਤੀਕਾਰ ਹਸਤੀਕਾਰ ਵੀਰੇ ਤੇ 911 ਕਿਉਂ ਪਾਜੀ ਸਿੱਧੂ ਸਭ ਤੋਂ ਵੱਡੀ ਵਜ੍ਹਾ ਹੈ ਮੈਂ ਸਿੱਧੂ ਨਾਲ ਜੁੜੇ ਤਾਂ ਬਹੁਤ ਚਿਰ ਦੇ ਸੀਗੇ ਪਰ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਮਤਲਬ ਕਿ ਦਿਲ ਹਿੱਲ ਗਿਆ ਹੈਨਾ ਤੇ ਉਹਨੂੰ ਅਮਰ ਰੱਖਣ ਵਾਸਤੇ ਜੋ ਬਾਕੀ ਲੋਕੀ ਕਰ ਰਹੇ ਨੇ ਉਹ ਚ ਹਿੱਸਾ ਪਾਣਾ ਚਾਹੁੰਦਾ ਸੀਗਾ ਤੇ ਬਾਈ ਪਰ ਤੇ ਇਥੇ ਜਤੋਂ ਵੱਡੀ ਚੀਜ਼ ਕੋਈ ਸੀਗੀ ਨਹੀਂ ਕਿ ਮੈਂ ਕੁਝ ਕਰ ਸਕਦਾ ਤੇ ਫਿਰ ਮੈਂ ਸੋਚਿਆ ਉਸਨੂੰ ਗੱਡੀ ਲੈਣੀ ਸੀਗੀ ਤੇ ਮੈਂ ਪਿਤਾ ਜੀ ਨੂੰ ਕਿਹਾ ਮੈਂ ਕਿਹਾ ਵੀ ਗੱਡੀ ਹੁਣ ਲੈਣੀ ਲੈਣੀ ਆ ਤੇ ਨੰਬਰ ਮੈਂ 911 ਲੈਣਾ ਤੇ ਫਿਰ ਉਸ ਤੋਂ ਬਾਅਦ ਫਿਰ ਇਹ ਸ਼ੁਰੂ ਹੋ ਗਿਆ ਤੇ ਨੰਬਰ ਬੁੱਕ ਕਰਾਇਆ ਤੇ ਫਿਰ ਨੰਬਰ ਮਿਲ ਗਿਆ ਉਹਨੂੰ ਕੀ ਸੌਖਾ ਮਿਲ ਗਿਆ ਸੀ ਜਾਂ ਕੋਈ ਔਖਾ ਮਿਲਿਆ ਇਹ ਐਕਚੁਅਲੀ ਸੋਮਵਾਰ ਨੂੰ ਨਾ ਚੰਡੀਗੜ੍ਹ 'ਚ ਹਮੇਸ਼ਾ ਨਵਾਂ ਨੰਬਰ ਇਸ਼ੂ ਹੁੰਦਾ ਹੈ ਤੇ ਮੈਂ ਉਸ ਤੋਂ ਪਹਿਲਾਂ ਹੀ 2 ਹਫ਼ਤੇ ਪਹਿਲਾਂ ਹੀ ਮੈਂ ਪੈਸੇ ਦਿੱਤੇ ਸੀਗੇ ਐਡਮਿਨਿਸਟਰेटर ਨੂੰ ਤੇ ਮੈਂ ਉਹਨੂੰ ਕਿਹਾ ਸੀ ਮੈਨੂੰ ਨੰਬਰ 911 ਹੀ ਚਾਹੀਦਾ ਹਰ ਹਾਲਤ 'ਚ ਤੇ 295 ਵੀ ਦੇਖਿਆ ਸੀਗਾ ਪਰ 295 ਮਿਲਿਆ ਨਹੀਂ 911 ਫਿਰ 911 ਫਿਰ ਮਨ ਲੱਗਾ ਕਿ ਜਿਆਦਾ ਟਕਮਾ ਹੈ ਤੇ ਨਾਲੇ ਲੋਕਾਂ ਨੂੰ ਦੱਸਣਾ ਸੌਖਾ ਹੋਊਗਾ ਕਿ 911 ਕਿਉਂ ਆਇਆ ਹਨ ਆਧੇ ਲੋਕਾਂ ਨੂੰ ਦੱਸਣੀ ਲੋੜ ਹੀ ਨਹੀਂ ਹੈਗੀ ਆਧੇ ਤਾਂ ਪਹਿਲੇ ਕਹਿੰਦੇ 911 ਲੈ ਵੀ ਸਿੱਧੂ ਦਾ ਫੈਨ ਹੈ ਕੁੜੀ ਤੇ ਮੈਂ ਕਿਹਾ ਚਲ ਇੱਥੇ ਆ ਕੇ ਇੱਕ ਵਾਰੀ ਸਿੱਧੂ ਦੀ ਕੋਠੀ ਮੂਰੇ ਖੜੀ ਕਰਾਂ ਤਾਂ ਕਿ ਮੈਨੂੰ ਇੱਛਾ ਸੀ ਇਹ ਇੱਛਾ ਸੀਗੀ ਤਾਂ ਹੀ ਅੱਜ ਆਇਆ ਤੇ ਕਾਫੀ ਟਾਈਮ ਹੋ ਗਿਆ ਪਰ ਮੈਨੂੰ ਦੁੱਖ ਹੈ ਕਿ ਮੈਂ ਪਹਿਲਾਂ ਨਹੀਂ ਆ ਸਕਿਆ ਕਿ ਵੀ ਉਸ ਤੋਂ ਪਹਿਲਾਂ ਜਦੋਂ ਗੱਡੀ ਆਈ ਨਾਲ ਦੇ ਨਾਲ ਇੱਥੇ ਲੈ ਕੇ ਆਉਣਾ ਚਾਹੁੰਦਾ ਸੀਗਾ ਬਟ ਚਲੋ ਘਰੇ ਕੁਝ ਰੁਝੇਵੇਂ ਇਦਾਂ ਦੇ ਸੀਗੇ ਪਰ ਅੱਜ ਮੌਕਾ ਮਿਲਿਆ ਤੇ ਅੱਜ ਨਾਲ ਸਾਥੀ ਕੋਈ ਨਹੀਂ ਮਿਲਿਆ ਇਕੱਲਾ ਹੀ ਆ ਗਿਆ ਕਹਿੰਦੇ ਵੇ ਚਲੇ ਸੀ 6 ਵਜੇ ਚੜਾਈ ਇਕੱਲੇ ਚੱਲ ਨਿਕਲ ਅੱਛਾ ਉਰੇ ਹੁਣ ਵੀ ਇੱਕ ਵਾਰੀ ਬਾਈ ਦੀ ਕੋਠੀ ਮੂਰੇ ਇੱਕ ਵਾਰੀ ਲੈ ਕੇ ਆਉਣੀ ਸੀ ਹਾਂਜੀ ਹਾਂਜੀ ਤਾਂ ਪਿਆਰ ਦੇਖੋ ਤੁਸੀਂ ਬਾਈ ਪ੍ਰਤੀ ਕਿ ਬਾਈ ਨੇ ਨਵੀਂ ਬਰੀਜਾ ਲੈਤੀ ਤੇ ਨੰਬਰ ਲਵਾਇਆ 9811 ਉਹ ਕਰ ਰਹੀ ਪੁੱਛਣ ਵਾਲੀ ਪੈਸਿਆਂ ਦਾ ਕਿ ਮਿਲਿਆ ਹਾਂਜੀ ਪੈਸੇ ਲਿੱਤੇ ਸੀ ਹਾਂਜੀ ਤਾਂ ਬਾਈ ਨੇ ਪੈਸੇ ਦੇ ਕੇ ਕਿਹੜਾ ਹੈਗਾ ਨੰਬਰ ਲਿਆ ਇਹ ਪਿਆਰ ਆ ਬਾਈ ਪ੍ਰਤੀ ਲੋਕਾਂ ਦਾ ਹੈਨਾ ਕਿ 9811 ਦੇਖੋ ਪਹਿਲਾਂ ਟਰੈਕਟਰ ਹੋਂਦ ਚਾਏ ਇੱਕ ਵਾਰੀਆਂ ਲਾ ਲਓ ਤੁਸੀਂ ਜਮੀ ਖਤਮ ਹੀ ਹੋ ਗਿਆ ਸੀ ਟਰੈਕਟਰ ਕਦੋਂ ਬਾਈ ਨੇ ਉਹ ਉਹਦਾ ਪ੍ਰੋਮੋਸ਼ਨ ਕਰਨਾ ਸ਼ੁਰੂ ਕਰਿਆ ਤਾਂ ਕਿਹੜਾ ਕਬਾੜ ਸੀ ਉਹ ਵੀ ਸੋਨੇ ਦੇ ਭਾਵੇ ਵੇਕਣ ਲੱਗਿਆ ਤੇ ਹੁਣ ਨੰਬਰ ਦੀ ਬੜੀ ਕਿਵੇਂ 295 ਕਹਿ ਲਓ ਜਾਂ 9811 ਕਹਿ ਲਓ ਇਹਦੀ ਬੜੀ ਡਿਮਾਂਡ ਹੈ ਨਾ ਧੰਨਵਾਦ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਸਕਦੇ ਹੋ